तरनतारण के जंडियाला रोड से स्थित HDFC बैंक के अज दो व्यक्तियों ने पिस्तौल की नोक से 50 लाख रुपए का डाका मारिया है। नकाबपोश लुटेरों वालों वड्डी वारदात को अंजाम देने तो बाद फरार हुए हैं। घटना तो बाद वड्डी गिनती पुलिस पार्टी मौके पर पहुंची। तरनतारण के SSP हरविंदर सिंह विरक ने दसा है कि जंडियाला रोड से स्थित HDFC बैंक के अंदर दो व्यक्तियों वालों पिस्तौल की नोक से 50 लाख रुपए की लुट की गई है। उन्होंने कहा कि CCTV फुटेज की मदद न लुटेरियां जल्द काबू कर लिया जाएगा। ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਜਿਹੜੇ ਵਿਅਕਤੀ ਹੈਗੇ ਸੀ ਇੱਥੇ ਅਨਨੋਨ ਪਰਸਨ ਕੱਦ ਕਰੀਬ 6 ਫੁੱਟ ਉਮਰ ਕਰੀਬ 35 ਤੋਂ 40 ਸਾਲ ਦੇ ਵਿੱਚ ਜਿਨ੍ਹਾਂ ਦੀ ਹੈਗੀ ਸੀ ਜਿਨ੍ਹਾਂ ਦੇ ਜਿਹੜੇ ਫੇਸ ਹੀ ਕਵਰ ਕੀਤੇ ਹੋਏ ਸੀ ਮਾਸਕ ਪਾਏ ਹੋਏ ਸੀ 3:17:18 ਦੇ ਉੱਤੇ ਐਂਟਰ ਹੁੰਦੇ ਆ ਤੇ ਜਿਹੜੀ ਇਹ ਰੋਬਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਆ ਸਰ ਇਹ ਕਿ ਪਤਾ ਲੱਗਾ ਵੀ ਸੀ ਵਰਦੀ ਦੇ ਵਿੱਚ ਆਏ ਨੇ ਪੁਲਿਸ ਜਿਹੜੇ ਦੋ ਸਸਪੈਕਟ ਹੈਗੇ ਸੀ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਸਸਪੈਕਟ ਹੈਗਾ ਉਹਨੇ ਪੁਲਿਸ ਦੀ ਯੂਨੀਫਾਰਮ ਜਿਹੜੀ ਪਾਈ ਹੋਈ ਸੀ ਜਿਹੜਾ ਸ਼ਰਟ ਉਹਦਾ ਟੱਕ ਨਹੀਂ ਕੀਤਾ ਹੋਇਆ ਸੀ ਬਾਹਰ ਸੀ ਐਂਡ ਜਿਵੇਂ ਕਾਂਸਟੇਬਲ ਹੈੱਡ ਕਾਂਸਟੇਬਲ ਰੈਂਕ ਦੀ ਜਿਹੜੀ ਵਰਦੀ ਦੂਰੋਂ ਦਿਸ ਰਹੀ ਹੈ ਜਿਹੜੀ ਉਹਨੇ ਉਹ ਸ਼ੋਅ ਕੀਤੀ ਹੋਈ ਪਾਈ ਹੈ ਜਿਹੜਾ ਦੂਸਰਾ ਸੀ ਉਹਨੇ ਇਕੱਲੀ ਪੱਗ ਬੰਨੀ ਹੋਈ ਸੀ ਸਰ ਕਿੰਨੇ ਪੈਸਿਆਂ ਦੀ ਹੋਇਆ ਜੀ ਜਿਹੜਾ ਇਹ 50 ਲੱਖ ਦੇ ਕਰੀਬ ਜਿਹੜੀ ਅਮਾਊਂਟ ਹੈਗੀ ਹੈ ਜਿਹੜੀ ਸਰ ਆਪਣੀ ਫਿਰ ਕਿੰਨੇ ਕੁ ਸਰ ਸੁਰੱਖਿਆ ਹੈਗੀ ਅਤੇ ਜਿਸ ਤਰ੍ਹਾਂ ਕਿ ਵੇਖਣ ਨੂੰ ਮਿਲ ਲਿਆ ਕਿ ਹੁਣ ਨਾਕੇਬੰਦੀ ਹੋਣੀ ਚਾਹੀਦੀ ਆ ਅਤੇ ਦਿਹਾੜੇ ਸਰ ਲੁੱਟ ਹੋ ਜਾਂਦੀ ਇਹਦੇ ਵਿੱਚ ਦੇਖੋ ਜਿਹੜੀ ਹੈਗੀ ਆ ਅਸੀਂ ਆਪਣੇ CCTV ਟੈਕਨੀਕਲ ਸਾਰਾ ਅਸੀਂ ਨਾਲ ਕਰ ਰਹੇ ਹਾਂ ਬਾਕੀ ਜਿਹੜੀ ਹੈਗੀ ਸ਼ਹਿਰ ਦੇ ਵਿੱਚ ਨਾਕਾਬੰਦੀ ਵੀ ਕੀਤੀ ਜਾਂਦੀ ਹੈ ਹੋਰ ਵੀ ਜਿਹੜੀ ਪੈਟਰੋਲਿੰਗ ਕੀਤੀ ਜਾਂਦੀ ਬਟ ਇਸ ਤਰ੍ਹਾਂ ਦੀ ਜਿਹੜੀ ਵਾਰਦਾਤਾਂ ਕਈ ਵਾਰ ਹੋ ਜਾਂਦੀਆਂ ਬਟ ਜਿਹੜੀ ਅਸੀਂ ਇਹਨੂੰ ਟਰੇਸ ਕਰਾਂਗੇ ਜਲਦੀ ਕਰ ਲਾਂਗੇ ਸਰ ਜਿਹੜੇ ਅੰਦਰ ਗਨਮੈਨ ਰੱਖਿਆ ਕਿ ਇਹਦੇ ਕੋਲ ਰਿਵਾਲਵਰ ਨਹੀਂ ਹੈਗਾ ਜਾਂ ਕੋਈ ਕਿਸਾ ਰੋਕ ਪਾਇਆ ਹੋਵੇ ਨਹੀਂ ਜਿਹੜਾ ਬੈਂਕ ਦਾ ਗਾਰਡ ਹੈਗਾ ਇਹਦੇ ਕੋਲ ਕੋਈ ਵੈਪਨ ਨਹੀਂ ਹੈ ਕੋਵਿਡ ਤੋਂ ਪਹਿਲਾਂ ਜਿਹੜੇ ਇੱਥੇ ਵੈਪਨ ਹੈ ਵਾਲੇ ਜਿਹੜੇ ਗਾਰਡ ਹੁੰਦੇ ਸੀ ਉਹਨਾਂ ਕੋਲ ਵੈਪਨ ਹੁੰਦਾ ਸੀ ਬਟ ਆਫਟਰ ਜਿਹੜੀ ਕੋਵਿਡ ਤੋਂ ਬਾਅਦ ਫਿਰ ਇਹਨਾਂ ਦਾ ਜਿਹੜਾ ਹੈਗਾ ਵਿਦਾਊਟ ਵੈਪਨ ਗਾਰਡ ਕੀਤਾ ਹੋਇਆ ਪ੍ਰਾਈਵੇਟ ਸਕਿਉਰਿਟੀ ਏਜੰਸੀ ਸਰ ਟੋਟਲ ਕਿੰਨੇ ਜਣੇ ਨੇ ਗਾਰਡ ਇੱਕ ਹੀ ਹੈ ਅੰਦਰ ਜਿਹੜੇ ਐਕਿਊਜ਼ਡ ਹੈਗੇ ਸੀ ਉਹ ਦੋ ਜਣੇ ਹੈ ਤਰਨਤਾਰਨ ਤੋਂ ਜਸਬੀਰ ਸਿੰਘ ਲੱਡੂ ਦੀ ਰਿਪੋਰਟ ਪੰਜਾਬ ਟੂਡੇ